सो हेलो व्यूअर, वेलकम बैक टू माय न्यू वीडियो। और आज हम आए हुए हैं पैकेजेस मॉल घूमने फिरने, और आज ईद का है दूसरा दिन, तो आज हम करेंगे इन्जॉय। मैं देखने आया हूँ इधर मूवी, और अब हम लिफ्ट से ऊपर जा रहे हैं। और अब मैं ऊपर पहुँच चुका हूँ, मेरे दोस्त अपनी ब्लॉग वगैरह बना रहे हैं तो वो मेरी वीडियो में नहीं आएंगे। यहाँ से देखें नीचे कितना गहरा लग रहा है। हम इस वक्त कोई दूसरे फ्लोर पे खड़े हैं। ये देखें यहाँ की गाड़ी, बच्चे सैर कर रहे हैं, इसमें रश ही रश हुआ हुआ है। मुझे तो लगता है सारे ईद मनाने यहीं पे आए हुए हैं। ये देखें हर तरफ रश ही रश है। वो देखें सामने सिनेमा हॉल भी आ गया। अब यहाँ से हम टिकटें लेंगे और अंदर जाके मूवी देखते हैं। मूवी का नाम है सिद्धू ऑफ द साउथ हॉल। अब हम मूवी देखने जा रहे हैं अंदर सिनेमा। अब हम अंदर जा रहे हैं। अब मैं अंदर जा रहा हूँ और अंदर मूवी लग चुकी हुई है, और अब आप मूवी देखें तो मुझे भी देखने दे। बदकिस्मती नाल मेरा डैड ये अपने जमाने के मकबूल के मशहूर फ्लॉप सिंगर है। ਬੇਸ਼ੱਕ ਇਹਨਾਂ ਦੀਆਂ ਕਿਡਨੀਆਂ ਇੱਕ ਵਾਰੀ ਰਿਪੇਅਰ ਹੋ ਚੁੱਕੀਆਂ ਨੇ, ਪਰ ਇਹਨਾਂ ਦੀ ਦਾਰੂ ਪੀ ਲੋ ਮੈਂ ਭੁੱਲ ਗਿਆ। ਆਪਾਂ ਨੇ ਕਿੱਥੇ ਹੱਲ ਪੀਤੀ ਹੈ। ਚੱਲ ਕੋਈ ਗੱਲ ਨਹੀਂ, ਆਪਾਂ ਦੋਨੋਂ ਘਰ ਚੱਲਦੇ ਹਾਂ ਅਤੇ ਉੱਥੇ ਛੋਟੇ ਛੋਟੇ ਦੋ ਪੈਕਟ ਲੈ ਲੈਣੇ। ਤੁਸੀਂ ਉੱਥੇ ਪੈ ਜਾਓ, ਸਵੇਰੇ ਇਕੱਠੇ ਆਫਿਸ ਆ ਜਾਏਗੇ, ਕੋਈ ਗੱਲ ਹੀ ਨਹੀਂ ਹੈ। ਪਤਾ ਦੇ ਜਾਂਦਾ ਘਰ ਵਿੱਚ ਦਸਵੇਂ ਗ੍ਰਹਿ। ਪੰਡਿਤ ਜੀ ਮੈਨੂੰ ਲੱਗਦਾ ਤੂੰ ਦਕਸ਼ਨਾ ਦੇ ਨਾਲ ਮੈਥੋਂ ਕੁਝ ਹੋਰ ਵੀ ਲੈ ਕੇ ਜਾਏਗਾ। ਨਾ ਤਾਂ 13ਵਾਂ ਘਰ ਹੁੰਦਾ ਤੇ ਨਾ 10ਵਾਂ ਗ੍ਰਹਿ। ਮੈਂ ਕੀ ਕਰਾਂ, ਤੁਹਾਡੀ ਕੁੰਡਲੀ ਦੀ ਵੈਲਿਡਿਟੀ 2 ਦਿਨ ਬਾਕੀ ਹੈ ਸਿਰਫ। ਮਤਲਬ ਕੁੰਡਲੀ ਮੁਤਾਬਕ 2 ਦਿਨਾਂ ਬਾਅਦ ਤੁਹਾਡਾ ਜਿਹੜਾ ਤਾਰਾ ਆਇਆ ਉਹ ਢਿੱਲਾ ਲੱਗ ਰਿਹਾ। ਜਾਣੀ ਕਿ 2 ਦਿਨ ਹੈਗੇ ਆ। ਅਸਲ 'ਚ ਨਾਮ ਤਾਂ ਮੇਰਾ ਕਰਤਾਰ ਆ ਜੀ। ਜਿਹੜੇ ਗੋਰੇ ਕਲਾਇੰਟ ਆ ਉਹਨਾਂ ਨੇ ਮੈਨੂੰ ਕਾਠਰ ਕਾਠਰ ਕਹਿ ਕੇ ਕਰਤਾਰ ਤੋਂ ਕਾਠਰ ਕਰਤਾ। ਕਾਠਰ ਸਾਹਿਬ ਤੁਸੀਂ ਨਾ ਸੱਚ ਬੜੇ ਪਾਗਲ, ਦੇਖ ਲਓ ਤੁਹਾਡਾ ਤਾਂ ਰੋਮ ਰੋਮ ਦਾਰੂ 'ਚ ਡੁੱਬਿਆ ਪਿਆ। ਜੇ ਹੋਵੇ ਤਾਂ ਇੱਕ ਮਾੜੀ ਜਿਹੀ ਚੁੰਬੀ ਮੈਂ ਵੀ ਲਾ 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 ਲਓ। ਸ਼ੁਕਰੀਆ ਸ਼ੁਕਰੀਆ। ਪਾਣੀ ਦਾ TDS ਚੈੱਕ ਕਰ ਰਹੇ ਪੁੱਤ। ਮੈਂ ਤੁਹਾਨੂੰ ਕੀ ਕਰਾਂ, ਉਹਨੂੰ ਕਿਹਾ ਸੀ ਤੁਸੀਂ ਕੀ ਕਰਤਾ ਪੁੱਤ? ਤੂੰ ਆਪ ਹੀ ਤਾਂ ਕਿਹਾ ਸੀਗਾ ਕਿ ਲਾਸ਼ ਨੂੰ ਬਰਫ਼ 'ਚ ਲਾ ਦੇ। ਫਿਰ ਮੇਰੇ ਕਲਾਕਾਰ ਦਿਮਾਗ ਨੇ ਸੋਚਿਆ ਵੀ ਬਰਫ਼ ਤਾਂ ਨਹੀਂ ਵੇਸਟ ਕਰਨੀ ਹੈ, ਇਸ ਲਈ ਥੋੜੀ ਜਿਹੀ ਮੈਂ ਇਹਦੇ 'ਚ ਦਾਰੂ ਪਾ ਦਿੱਤੀ, ਨਾਲ ਪਾ ਦਿੱਤੇ 2 ਸੋਡੇ, ਬਣ ਗਿਆ ਕੋਕਟੇਲ। ਤੈਨੂੰ ਪਤਾ ਨਾ ਦਾਰੂ ਨਾਲ ਕਿਡਨੀਆਂ ਖਰਾਬ ਹੁੰਦੀਆਂ। ਪਰ ਐਂ ਦੱਸ, ਮਰੇ ਵੇ ਬੰਦੇ ਦੀਆਂ ਕਿਡਨੀਆਂ ਕਿੱਥੋਂ ਖਰਾਬ ਹੋ ਜੂ? ਬੋਲ ਬੋਲ। ਤੁਹਾਡੇ ਨਾਲ ਨਾ ਮੱਥਾ ਮਾਰਨੇ ਫਿਜ਼ੂਲ ਆ, ਮੈਨੂੰ ਆਪ ਨੂੰ ਵੀ ਸੋਚਣਾ ਪੈਣਾ ਕਿ ਲਾਸ਼ ਨੂੰ ਕਿਵੇਂ ਠੰਡਾ ਰੱਖੀਏ।
ਉਹ ਠੰਡਾ ਰੱਖਣ ਨੂੰ ਇਹ ਕਿਹੜਾ ਅੱਖਾਂ ਦੀ ਦਵਾਈ ਹੈ ਜਿਹੜੀ ਫਿਰ ਚ ਰੱਖ ਕੇ ਠੰਡਾ ਕਰੇਗੀ। ਕਿਹੜੀ ਲਾਸ਼ ਕਿਹੜਾ ਭੋਗ, ਮੇਰੀ ਮੰਗਣੀ ਆ, ਤੂੰ ਪਾਗਲ ਤਾਂ ਨਹੀਂ ਹੋ ਗਈ? ਤੇਰੀ ਭੈਣ ਦਾ ਸੂਟ ਆ ਗਿਆ ਕਿ ਚਲਾ ਗਿਆ? ਮੇਰੀ ਕੋਈ ਭੈਣ ਨਹੀਂ ਹੈਗੀ। ਡੈਡੀ ਨੂੰ ਪੁੱਛੋ ਭੈਣ ਕਿਉਂ ਨਹੀਂ ਆ ਫਿਰ? ਜੀਜੇ ਦੇ ਚੁੱਪੀ ਚੁਪਾਈ ਕੌਣ ਕਰੂਗਾ? ਜ਼ਰੂਰੀ ਹੈ ਭੈਣ, ਜੀਜੇ ਦਾ ਇੱਕ ਵਜੇ ਸੁਬਾਹ ਚ ਗਿਆ ਕਿ ਨਹੀਂ ਬੱਚੇ? ਆਪਾਂ ਡੈਡੀ ਤੋਂ ਪੁੱਛਾਂਗੇ ਭੈਣ ਕਿਉਂ ਨਹੀਂ। ਅੱਛਾ ਮੈਨੂੰ ਲੱਗਦਾ ਨਹੀਂ ਧੀਆ, ਪਾਪਾ ਨੂੰ ਪੁੱਛੋ। ਬਟਨ ਸਾਰੇ ਦੱਬਦੇ, ਹਵਾ ਕਿਉਂ ਨਹੀਂ ਆ ਰਹੀ? ਮੈਨੂੰ ਲੱਗਦਾ ਰਿਮੋਟ ਦੇ ਸੈੱਲ ਮੁੱਕੇ ਹੋਏ ਤਾਂ ਹੀ ਏਸੀ ਨਹੀਂ ਚੱਲ ਰਿਹਾ। ਡੈਡੀ ਇਸ ਦੁਨੀਆ ਦੀ ਹਰ ਸ਼ੈ ਚੱਲਦੀ, ਬਸ ਸਾਡਾ ਦਿਮਾਗ ਨਹੀਂ ਚੱਲਦਾ। ਏਸੀ ਦਾ ਰਿਮੋਟ ਨਹੀਂ, ਵੀਲ ਚੇਅਰ ਦਾ ਰਿਮੋਟ ਹੈ। ਲੈ, ਵੀਲ ਚੇਅਰ ਦਾ ਵੀ ਰਿਮੋਟ ਆ ਗਿਆ? ਮੈਨੂੰ ਤਾਂ ਡਰ ਹੈ ਕਿ ਤੇ ਰਿਮੋਟ ਦਾ ਰਿਮੋਟ ਨਾ ਆ ਜਾਏ। ਚਲੋ ਚਲੋ ਚਲੋ, ਉਹ ਇਹਨੂੰ ਤਾਂ ਲੈ ਕੇ ਚੱਲੋ, ਚਲਾ ਹੁਣ ਰਿਮੋਟ। ਆ ਲਓ ਜੀ। ਲਓ ਜੀ ਕਾਟਰ ਸਾਹਿਬ, ਤੁਹਾਡੀ ਡੋਲੀ ਤੇ ਆ ਗਈ ਹੈ, ਹੁਣ ਖਾਲੀ ਫੁੱਲ ਲਾਉਣ ਵਾਲੇ ਰਹਿ ਗਏ। ਉਹ ਜਿੱਡੀ ਸ਼ਿੱਦਤ ਨਾਲ ਤੂੰ ਕੁੱਤੇ ਦੀਆਂ ਕਿਉਂਕਿ ਤਾਰਾ ਰਾਰਾ ਦੀ ਥਾਂ ਤੇ ਤੇ ਰਾਰਾ ਤਾਰਾ ਦੀ ਥਾਂ ਤੇ ਨਾ ਚੱਲ ਜੇ ਵਰਨਾ ਤਾਰਾ ਰਾਰਾ ਹੋ ਜਾਏ। ਨਹੀਂ ਨਹੀਂ, ਵਧੀਆ, ਤੁਸੀਂ ਤਾਂ ਕੰਮ ਖਰਾਬ ਹੀ ਕਰਨਾ ਸੀ। ਓ ਇਹ ਚ ਬਾਦੋ ਬਾਕ ਯੂ ਗੋ ਟੂ ਹੋਮ, ਆਈ ਚੈੱਕ ਇਨ ਦ ਕਿਚਨ। ਤੁਹਾਡਾ ਕੁੜਾ ਲੱਗ ਗਿਆ, ਉਹ ਕੋਲ ਨਿਕਲ ਗਿਆ, ਕੰਮ ਕਰ ਗਿਆ। ਤੁਸੀਂ ਤਾਂ ਮਿਊਜ਼ਿਕ ਵਾਲੇ ਹੋ, ਤੁਹਾਡਾ ਕਿਚਨ 'ਚ ਕੀ ਕੰਮ?
ਮੈਂ ਪਟੂਰਿਆਂ ਚ ਹਵਾ ਭਰਦਾ ਹਾਂ ਜੀ, ਮੈਂ ਨੂਡਲਾਂ ਚ ਵਲ ਪਾਉਣਾ ਤੇ ਇਹ ਸਮੋਸਿਆਂ ਨੂੰ ਤਰੋ ਪੇ ਲਾਉਂਦੀ ਹੈ ਜੀ। ਤੇ ਬੱਚਾ ਇਹਨੂੰ ਵਿਖਾ ਕੇ ਤੇ ਦਹੀਂ ਇਕੱਠਾ ਕਰਾਈਦਾ ਜੀ। ਮਤਲਬ ਕਿ ਜਦੋਂ ਦੁੱਧ ਉਬਲ ਰਿਹਾ ਹੁੰਦਾ ਹੈ ਨਾ ਜੀ, ਤਾਂ ਇਹਨੂੰ ਦੋ ਤਿੰਨ ਵਾਰੀ ਮੂਹਰੋਂ ਕੱਢ ਦੇਈਦਾ, ਦਹੀਂ ਇਕੱਠਾ ਹੋ ਜਾਂਦਾ ਹੈ ਨਾ ਜੀ। ਰਿੰਗ ਸੈਰੇਮਨੀ ਦਾ ਇਵੈਂਟ ਸ਼ੁਰੂ ਹੋ ਗਿਆ, ਕੇਕ ਕਿੱਥੇ ਹੈ ਤੇ ਉਹਦੇ ਚ ਕੀ ਹੈ? ਮੇਰੀ ਤਾਂ ਉਹ ਫੇਵਰੇਟ ਬੀਅਰ ਹੈ, ਲਿਖ ਲੋ। ਓਕੇ ਕਮਿੰਗ ਕਮਿੰਗ, ਉਹ ਸਟੇਜ ਤੇ ਆ ਰਹੇ ਨੇ, ਛੇਤੀ ਕੇਕ ਲੈ ਕੇ ਚਲੋ। ਤੁਸੀਂ ਦੱਸੋ ਕੇਕ ਕਿਹਦੇ ਚ? ਕੇਕ ਆਈ ਥਿੰਕ ਇਹਦੇ ਚ ਮੁਸ਼ਕ ਆ ਰਹੀ ਹੈ, ਬੀਅਰ ਇਹਦੇ ਚ। ਅੱਛਾ ਕੇਕ ਇਹਦੇ ਚ, ਰੈਡੀ ਰੈਡੀ ਲੈਟਸ ਗੋ ਕੇਕ, ਚਲੋ ਚਾਚਾ ਜੀ ਲੈਟਸ ਗੋ। ਆਓ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਉਹ ਵੇਲਾ ਆ ਗਿਆ ਜਿਸ ਮਕਸਦ ਲਈ ਅੱਜ ਅਸੀਂ ਇਕੱਠੇ ਹੋਏ ਹਾਂ। ਤਸ਼ਰੀਫ ਲੈ ਕੇ ਆ ਗਏ ਨੇ ਰਾਜਵੀਰ ਅਟਵਾਲ ਤੇ ਅੰਬਰ ਧਾਲੀਵਾਲ। ਮੇਰੇ ਵੱਲੋਂ ਤੇ ਸਿੱਧੂ ਮੈਂ ਤੇ ਮੇਰੀ ਟੀਮ ਲੈ ਕੇ ਆ ਰਹੇ ਹਾਂ ਮੈਜਿਕ ਟ੍ਰਿਕ ਅਦਲਾ ਬਦਲੀ। ਮੂਰਲਾ ਪਈਆ ਅੜ ਕੇ ਚੱਲਦਾ ਵੀਰੇ, ਤੇਲ ਦਬਾ ਲਿਓ। ਆ ਜਿਹੜੀ ਟ੍ਰਿਕ ਆ ਲਾਈਟਾਂ ਦੇ ਚਾਨਣ ਚ ਨਹੀਂ, ਤਾਰਿਆਂ ਦੀ ਛਾਂ ਚ ਹੋਊਗੀ। ਜਦੋਂ ਮੈਂ ਕਾਊਂਟ ਡਾਊਨ ਕਰਨਾ ਸ਼ੁਰੂ, ਉਦੋਂ ਗੁਰਵੀਰ ਕੌਰ ਨੇ ਕਰਨੀਆਂ ਲਾਈਟਾਂ ਬੰਦ ਤੇ ਉਹ ਮਾਰ ਚਾਚਾ ਤੇ ਮੈਂ ਕਰਾਂਗੇ। ਕਾਊਂਟਡਾਊਨ ਸ਼ੁਰੂ ਕੀਤਾ ਜਾਵੇ, 10 ਆਪਣੇ ਤਾਸ ਦੀ ਲਾਜ ਰੱਖ। ਡੈਡੀ ਹੁਣ ਆਪਾਂ ਕੀ ਕਰਾਂਗੇ? ਦੁੱਖ ਦੀ ਘੜੀ ਚ ਰੱਬ ਨੂੰ ਯਾਦ ਕਰੀਦਾ ਧੀਏ। ਮਰਵਾਤਾ ਡੈਡੀ ਨੇ ਰੱਬਾ ਬਚਾ ਲਈ। ਹੇ ਮੇਰੇ ਮਾਲਕਾ, ਬਸ ਅੱਜ ਬਚਾ ਲਈ। Thank you.
ਤੋਂ ਬਾਅਦ ਪਹਿਲੀ ਵਾਰੀ ਕੋਈ ਚੱਜ ਦਾ ਕੰਮ ਕੀਤਾ ਹੈ। ਪਹੁੰਚਾਤਾ ਨੇ ਕੇਕ ਥਾਂ ਤੇ, ਕੇਕ ਤਾਂ ਪਹੁੰਚਾਤਾ ਪਰ ਕਾਟਰ ਕਿੱਥੇ? ਸਿਰਫ ਇਸ ਕਰਕੇ ਕਿ ਉਹ ਇੰਨੇ ਐਜੂਕੇਟਡ ਨਹੀਂ, ਜਾਂ ਇਸ ਕਰਕੇ ਕਿ ਉਹਨਾਂ ਨੂੰ ਝੂਠਾ ਦਿਖਾਵਾ ਕਰਨਾ ਨਹੀਂ ਆਉਂਦਾ, ਫਿਰ ਕੀ ਹੋ ਗਿਆ ਜੇ ਉਹ ਇੰਨੇ ਸਿੰਪਲ ਹੈ? ਟੀਨਾ ਨੂੰ ਦੇਖੋ ਕਿੰਨਾ ਖਿਆਲ ਰੱਖਦੀ ਸਾਰਿਆਂ ਦਾ, ਮੇਰਾ ਵੀ ਰੱਖੂਗੀ। ਤੁਸੀਂ ਕਿਉਂ ਨਹੀਂ ਮੰਨਦੇ ਪਾਪਾ? ਤੁਸੀਂ ਉਹ ਮੰਨ ਜਾ ਪ੍ਰੀਤ ਕੌਰ, ਜਦੋਂ ਤੂੰ ਇੰਡੀਆ ਤੋਂ ਆਈ ਸੀ ਤੂੰ ਵੀ ਐਵੇਂ ਦੀ ਸੀ। ਮੇਰੀ ਐਡੀ ਸੋਹਣੀ ਕੁੜਮਣੀ ਨੇ ਤੂੰ ਤਾਂ ਚਾਹ ਹੀ ਨਹੀਂ ਚੱਕਿਆ ਤੇਰੇ ਰੰਗ ਨਿਆਰੇ ਦੇ ਦਾਦਿਆ, ਵਿਆਹ ਚ ਜੁੱਤੀਆਂ ਲੁਕਾਉਣ ਦੀ ਥਾਂ ਤੇ ਲਾਸ਼ ਲੁਕਾਉਣੀ ਪੈ ਰਹੀ ਹੈ। ਬਈ ਸਾਰੀ ਜ਼ਿੰਦਗੀ ਕੰਮ ਹੀ ਜੁੱਤੀਆਂ ਖਾਣ ਵਾਲੇ ਕੀਤੇ, ਹੁਣ ਇਹਦੇ ਤੇ ਜੁੱਤੀ ਚ ਕੀ ਫਰਕ ਰਹਿ ਗਿਆ? ਮੂੰਹ ਵੀ ਤੇ 9 ਨੰਬਰ ਦੇ ਜੌਗਰ ਵਰਗਾ ਹੋ ਗਿਆ। ਦੇਖਿਆ ਸਰ, ਜਿਹੜੇ ਬੰਦੇ ਜਨਾਨੀਆਂ ਦੀ ਇੱਜ਼ਤ ਨਹੀਂ ਕਰਦੇ ਨਾ, ਉਹਨਾਂ ਨੂੰ ਮਰਨ ਤੋਂ ਬਾਅਦ ਵੀ ਖੱਜਲ ਹੋਣਾ ਪੈਂਦਾ ਹੈ। ਆਪ ਤੇ ਖੱਜਲ ਹੋ ਹੀ ਰਹੇ, ਨਾਲ ਹਲਕਾ ਹਲਕਾ ਸਾਨੂੰ ਵੀ ਕਰ ਰਿਹਾ। ਕਰ ਲਿਆ ਜਿੰਨਾ ਕਰਨਾ ਸੀਗਾ। ਹੁਣ ਤਾਂ ਮੈਂ ਕਹਿੰਦਾ ਹੈ ਕਿ ਟੀਨਾ ਦੀ ਡੋਲੀ ਉੱਠ ਤੇ ਸਾਰੇ ਨਾ ਆਪਾਂ ਹੀ ਤਾਂ ਜਨਾਜ਼ਾ ਵੀ ਤੋੜ ਦਈਏ। ਗੁੱਡ ਆਈਡੀਆ। ਟੀਨਾ ਪੁੱਤ ਆ ਦੇਖ, ਨਾ ਕਰੋ ਮੰਮੀ, ਹੁਣ ਤਾਂ ਸਾਰਾ ਕੁਝ ਠੀਕ ਹੋ ਗਿਆ। ਮੰਮੀ ਮੈਂ ਨਹੀਂ ਕਰਾਉਣਾ ਵਿਆਹ, ਇੰਨੇ ਵਧੀਆ ਪਰਿਵਾਰ 'ਚ ਤੇਰਾ ਰਿਸ਼ਤਾ ਹੋ ਗਿਆ ਤੇ ਰਾਜਵੀਰ ਤੈਨੂੰ ਕਿੰਨਾ ਪਿਆਰ ਕਰਦਾ ਹੈ। ਆਹੀ ਪ੍ਰੋਬਲਮ ਹੈ ਮੰਮੀ, ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ, ਮੈਂ ਉਹਨੂੰ ਧੋਖਾ ਨਹੀਂ ਦੇ ਸਕਦੀ। ਮੇਰੇ ਹੱਥੋਂ ਕਿਸੇ ਦੀ ਜਾਨ ਗਈ ਆ। ਆਹ ਗੱਲ ਆਪਾਂ ਉਹਦੇ ਤੋਂ ਕਿੰਨੇ ਚਿਰ ਲੁਕੋਲਾਂਗੇ? ਨਾ ਮੇਰਾ ਪੁੱਤਰ, ਤੂੰ ਉਹਨੂੰ ਜਾਣ ਬੁੱਝ ਕੇ ਥੋੜੀ ਮਾਰਿਆ। ਤੂੰ ਤੇ ਆਪਣੀ ਇੱਜ਼ਤ ਬਚਾਉਣ ਦੀ ਐਫਰਟ ਕੀਤੀ ਸੀ। ਇਹਨੂੰ ਜਾਨ ਲੈਣਾ ਨਹੀਂ, ਜਾਨ ਬਚਾਉਣਾ ਕਹਿੰਦੇ। ਭੂਆ ਹੁਣ ਤੁਹਾਡੀ ਭੂਆ ਨੀ, ਪੂਰੇ ਪੁਲਿਸ ਮਹਿਕਮੇ ਦੀ ਭੂਆ। ਤੁਸੀਂ ਫਿਕਰ ਨਾ ਕਰੋ, ਮੈਂ ਕੋਸ਼ਿਸ਼ ਕਰੂੰਗਾ ਕਿ ਡਾਕਟਰ ਉਹਨਾਂ ਦਾ ਮੂੰਹ ਨਾ ਦੇਖ ਸਕਣ। ਡਾਕਟਰ ਸਾਹਿਬ ਨੂੰ ਤਾਂ ਦਿਲ ਦੀ ਧੜਕਣ ਚੈੱਕ ਕਰਦੇ ਆ, ਫੌਰਨ ਪਤਾ ਲੱਗ ਜਾਣਾ ਕਿ ਕੁੱਕੋ ਬੂਆ ਨਹੀਂ ਫੁੱਫੜ। ਫੁੱਫੜ ਬੂਆ ਦੇ ਰੂਮ ਰੂਮ ਚ ਫੁੱਫੜ ਦੱਸਿਆ। ਓ ਬੂਆ ਜੀ, ਬੂਆ ਕਿੱਥੇ ਨੇ? ਗਵਾਚ ਗਈ। ਮੈਂ ਤਾਂ ਕੁਛ ਡਿੱਗਾ, ਕੁਛ ਸੁਣ ਨਹੀਂ ਰਿਹਾ। ਉੱਚੀ ਮਾਨੋ ਗਵਾਚ ਗਈ, ਗੁਆਚੀ ਨਹੀਂ ਹੈ, ਚੇਂਜ ਹੋ ਗਈ ਹੈ। ਹੁਣ ਕੋਕੋ ਭੂਆ ਨਹੀਂ ਰਹੀ, ਥੋੜੋ ਕਾਟਰ ਸਭ ਬਣ ਗਿਆ। ਕਿੱਥੇ ਆ?
ਲਾ 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 ਮਾ ਬੋਲੋ ਉੱਤੇ ਆ ਉੱਤੇ ਬੋਲੋ ਪਤਾ ਲੱਗਿਆ ਕੁਛ ਭੂਆ ਜੀ ਕਿੱਥੇ ਨੇ ਮੈਨੂੰ ਲੱਗਦਾ ਇਹ ਕ੍ਰਿਮੀਨਲ ਆ ਗਿਆ ਭੂਆ ਜੀ ਛੇਤੀ ਲੱਗ ਜਾਣ ਆਓ ਦੁਆ ਕਰੀਏ ਮੱਥਾ ਵੀ ਟੇਕ ਸਕਦੇ ਭੂਆ ਕਬੂਲ ਹੋ ਗਈ ਭੂਆ ਕਬੂਲ ਹੋ ਗਈ ਦਾਰੂ ਦੀ ਬੋਤਲ ਨੂੰ ਮੁੱਕਰ ਗਿਆ ਸੀਗਾ ਬਸ ਮੈਂ ਘੜੀ ਚ ਕਰ ਦਿੱਤਾ ਹੱਲ ਦਾਰੂ ਦੀ ਬੋਤਲ ਤਾਂ ਬਾਹਰ ਵੀ ਆ ਕਰੋ ਮੈਂ ਮਾਰਿਆ ਕਾਟਰ ਨੂੰ ਮੈਨੂੰ ਗ੍ਰਿਫਤਾਰ ਕਰੋ ਓਹੋ ਮੰਮੀ ਕਾਟਰ ਨੂੰ ਮੈਂ ਮਾਰਿਆ ਸਰ ਉਹ ਪਰਾ ਹੋਇਆ ਸਭ ਝੂਠ ਬੋਲਦੇ ਪਏ ਕਾਟਰ ਨੂੰ ਮੈਂ ਮਾਰਿਆ ਐਸ ਐਚ ਓ ਸਰ ਮੈਂ ਪਹਿਲੀ ਗੱਲ ਤਾਂ ਮੈਂ ਐਸ ਐਚ ਓ ਨਹੀਂ ਹਾਂ ਗ੍ਰੈਂਡਮਾ ਦੂਜਾ ਕੀ ਮੈਂ ਮਾਰਿਆ ਲਾ ਰੱਖੀ ਹੈ ਕੋਈ ਐਗਜੈਕਟਲੀ ਮੈਨੂੰ ਦੱਸੂਗਾ ਵੀ ਹੋਇਆ ਕੀ ਸੀ ਮੈਂ ਦੱਸਦੀ ਹਾਂ ਕਾਟਰ ਨੇ ਮੈਨੂੰ 7:30 ਫੋਨ ਕਰਕੇ ਆਪਦੇ ਆਫਿਸ 'ਚ ਸੱਦਿਆ ਸੀ ਕਾਟਰ ਆ ਗਈ ਮੈਂ ਉੱਥੇ ਉਹਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਦੇ ਆਪ ਨੂੰ ਬਚਾਉਣ ਲਈ ਉਹਦੇ ਸਿਰ 'ਤੇ ਬੋਤਲ ਮਾਰਤੀ ਜਦੋਂ ਮੈਂ ਘਰੇ ਵਾਪਸ ਆਈ ਮੈਨੂੰ ਚੇਤਾ ਹੈ ਕਿ ਮੈਂ ਆਪਦਾ ਫੋਨ ਉਹਦੇ ਆਫਿਸ 'ਚ ਹੀ ਛੱਡ ਆਈ ਅਤੇ ਮੈਂ ਅਤੇ ਉਮਰ ਚਾਚਾ ਜਦੋਂ ਆਫਿਸ ਗਏ ਉਦੋਂ ਤੱਕ ਉਹ ਮਰ ਚੁੱਕਿਆ ਸੀ ਤੁਸੀਂ ਉਹਦੀ ਡੈੱਡ ਬੋਡੀ ਨੂੰ ਐਗਜੈਕਟਲੀ ਦੇਖਿਆ ਕਿੰਨੇ ਵਜੇ ਸੀ ਤਕਰੀਬਨ 9 ਦੇ ਏੜ ਗੇੜ ਸੀ ਜੀ ਬਟ ਉਹਦੀ ਐਮਰਜੈਂਸੀ ਕਾਲ ਤਾਂ 8:30 ਵਜੇ ਆ ਚੁੱਕੀ ਸੀ ਇਟ ਮੀਨ 8:30 ਵਜੇ ਤੱਕ ਉਹ ਜਿਉਂਦਾ ਸੀ ਉਹਨੇ ਖੁਦ 999 'ਤੇ ਕਾਲ ਕਰਕੇ ਡਰੱਗ ਦੀ ਓਵਰਡੋਜ਼ ਲੈਣ ਦੀ ਰਿਪੋਰਟ ਕੀਤੀ ਅਤੇ ਉਹਨੇ ਜੋ ਸਿੰਪਟਮ ਦੱਸੇ ਉਹ ਲਾਈਫ ਥਰੈਟਨਿੰਗ ਸੀ ਹੈਲੋ 999 ਇਹਦਾ ਮਤਲਬ ਕਾਟਰ ਨੂੰ ਮੈਂ ਨਹੀਂ ਮਾਰਿਆ ਬਿਕੋਜ਼ ਅਕੋਰਡਿੰਗ ਟੂ ਪੈਰਾਮੈਡਿਕ ਆਫ ਐਂਬੂਲੈਂਸ ਜਿਸ ਵਕਤ ਉਸਨੇ ਸਾਨੂੰ ਕਾਲ ਕੀਤੀ 10 ਦੇ ਅੰਦਰ ਅੰਦਰ ਉਸਦੀ ਜਾਨ ਬਚਾਉਣ ਦੇ ਲਈ SOS ਦਾ ਇੰਜੈਕਸ਼ਨ ਦੇਣਾ ਬਹੁਤ ਜ਼ਰੂਰੀ ਸੀ ਅਤੇ ਅਸੀਂ ਉਸ ਤੋਂ 30 ਦੀ ਡਰਾਈਵ ਤੋਂ ਦੂਰ ਸੀ ਇਟ ਮੀਨਜ਼ ਉਹਦੀ ਮੌਤ ਸਿਰ 'ਤੇ ਬੋਟਲ ਗਲਾਸ ਵਜਨ ਕਰਕੇ ਨਹੀਂ ਓਵਰਡੋਜ਼ ਦੀ ਵਜ੍ਹਾ ਕਰਕੇ ਹੋਈ ਹੈ ਯਾਨੀ ਕਿ ਕਾਟਰ ਸਾਡੇ ਅਤੇ ਤੁਹਾਡੇ ਪਹੁੰਚਣ ਤੋਂ ਪਹਿਲਾਂ ਹੀ ਮਰ ਚੁੱਕਿਆ ਸੀ ਰੱਬ ਨੇ ਉਹਨੂੰ ਉਹਦੇ ਕੀਤੇ ਦੀ ਸਜ਼ਾ ਆਪ ਦੇ ਦੀ ਸੋ ਡੋਂਟ ਫੀਲ ਬੈਡ ਇੰਜੋਏ ਯੂਅਰ ਸਪੈਸ਼ਲ ਡੇ
ਜੀ ਦੇ ਹੱਥੋਂ ਪਾਪ ਹੁਣੋਂ ਬਚਾ ਲਿਆ। ਵੈਸੇ ਕਾਟਲ ਜੇ ਹਜੇ ਬੰਦਾ ਸੀਗਾ ਸੀਗਾ, ਪਰ ਇਹਦੀ ਲਾਸ਼ ਨਾਲ ਮੋਹ ਜਿਹਾ ਪੈ ਗਿਆ ਸੀਗਾ। ਆਪਾਂ ਇੱਕ ਹੋਰ ਬੰਦਾ ਨਾ ਮਾਰ ਲਈਏ। ਸਰ ਜੀ ਬਾਏ ਜਾਂਦੇ ਰਹੇ। ਚਲੋ ਅਬ ਹਮ ਬਾਹਰ ਆ ਚੁੱਕੇ ਹੈਂ ਔਰ ਆਖਿਰਕਾਰ ਮੂਵੀ ਦੇਖ ਕੇ ਮੈਂ ਫਾਰਿਗ ਹੋ ਚੁੱਕਾ ਹਾਂ ਔਰ ਅਬ ਹਮ ਘਰ ਤੋਂ ਆਏਂਗੇ। ਤੋ ਵੀਡੀਓ ਫਿਰ ਕੈਸੀ ਲਗੀ, ਮਜ਼ਾ ਆਇਆ? ਲਾਈਕ ਕਿਸ ਤਰ੍ਹਾਂ ਕਰਨਾ? ਲਾਈਕ ਕਰੋ ਜੋ, ਸਬਸਕ੍ਰਾਈਬ ਵੀ ਕਰ ਲਓ, ਸ਼ੇਅਰ ਵੀ ਕਰ ਲਓ ਵੀਡੀਓ, ਕਿਆ ਜਾਤਾ ਤੁਮ ਲੋਕਾਂ ਕਾ, ਕਰ ਲਓ ਕੁਛ ਨਹੀਂ ਹੋਤਾ।